मैं हुण आया, तुसीं भी सतगुरां कोल आए हो सारे जाने। मैं तां नहीं देखिया भी मूहरे किन्ने क फरूट पए ने महाराज दे। हाँ, गुरु नानक साहब की जिहड़ी फोटो बनी उह च जरूर केले रखे हुए आ, सेब रखे होणगे, फुल रखे होणगे, पर प्रतख रूप दे विच कोई नहीं चढ़ाउंदा। ਇਹ ਤੁਸੀਂ ਇਹ ਬਹੁਤ ਵੱਡੀ ਗਲਤੀ ਹੈ ਤੁਹਾਡੀ। ਉਨੀ ਗੱਲ ਤੱਕ ਤੁਸੀਂ ਪਹੁੰਚੇ ਨਹੀਂ ਹਲੇ ਤੱਕ। ਜਦੋਂ ਵੀ ਸਤਿਗੁਰਾਂ ਦੇ ਦਰ ਤੇ ਜਾਂਦੇ, ਹੁਣ ਸਾਨੂੰ ਵੀ ਸੰਗਤ ਮਿਲਣ ਆਉਂਦੀ ਜਾਂ ਗੁਰਦੁਆਰਿਆਂ 'ਚ ਵੀ ਜਾਂਦੇ ਆ, ਭੱਜ ਕੇ ਕੇਲਿਆਂ ਵਾਲੀ ਰੇਹੜੀ ਨੂੰ ਭੱਜਣਗੇ। ਕਿਹੜਾ ਫਲ ਲੈਣਾ? ਸਭ ਤੋਂ ਸਸਤਾ ਜਿਹੜਾ 60 ਰੁਪਏ ਕਿਲੋ ਵਾਲਾ, 50 ਲਾ ਲੈ, ਕੇਲੇ ਗੁਰਦੁਆਰੇ ਚੜ੍ਹਾ ਦਿਓ ਜੀ। ਤਾਂ ਹੁਣ ਸਾਨੂੰ ਵੀ ਦੇ ਭਾਈ, ਆਹ ਸਟਰੋਬੇਰੀ ਕਿਵੇਂ ਆ, ਆਹ ਕੀਵੀ ਕਿਵੇਂ ਆ, ਆਹ ਫਲਾਨਾ ਕਿਵੇਂ ਆ, ਚੈਰੀ ਕਿਵੇਂ ਦਿੱਤੀ ਆ। ਆਪਣੇ ਲਈ ਇਹ ਫਰੂਟ ਲੈਂਦੇ ਤੁਸੀਂ, ਮਹਾਰਾਜ ਲਈ ਕੇਲੇ। ਇਸ ਕਰਕੇ ਇਸ ਗੱਲ ਦਾ ਧਿਆਨ ਦਿਓ, ਜਿਹਾ ਬੀਜਾ ਸੋ ਲੁਣਾ, ਕਰਮਾ ਸੰਦੜਾ ਖੇਤ ਹੈ। ਪਹਿਲਾਂ ਮੈਂ ਗੁਰਦੁਆਰੇ ਦੁੱਖ ਨਿਵਾਰਨ ਸਾਹਿਬ ਜਦ ਹੈਡ ਗ੍ਰੰਥੀ ਹੁੰਦਾ ਸੀ, ਮੈਨੂੰ ਗੋਲਕਾਂ ਜਾਂ ਗਿਣਦੇ ਸੀ, ਮੈਨੂੰ ਮੈਨੇਜਰ ਸਾਹਿਬ ਨੇ ਕਹਿਣਾ, ਚਲੋ ਤੁਸੀਂ ਗਿਆਨੀ ਜੀ ਆਪ ਜਿਹੜੇ ਨੋਟ ਪੁਰਾਣੇ ਪਾਟੇ 'ਚ ਲੋਕ ਚੜਾਉਂਦੇ, ਇਹੀ ਸੈੱਟ ਕਰਕੇ ਰੱਖ ਦਿਓ, ਬਸ ਤੁਹਾਡੀ ਡਿਊਟੀ ਇੰਨੀ ਆ। ਉਹ ਜਦੋਂ ਮੈਂ ਇਕੱਠੇ ਕਰੀ ਨਹੀਂ, ਮੈਨੂੰ ਨਾਲ ਨਾਲ ਥੋੜ੍ਹਾ ਜਿਹਾ ਗੁੱਸਾ ਵੀ ਆਈ ਜਾਣਾ, ਬਈ ਯਾਰ ਅਸੀਂ ਤਾਂ ਨਵਾਂ ਨੋਟ ਚੜਾਉਂਦੇ, ਲੋਕ ਮਹਾਰਾਜ ਨੂੰ ਪਤਾ ਨਹੀਂ ਕੀ ਸਮਝਦੇ ਆ, ਪਾਟਿਆਂ ਨੋਟ ਚੜਾਉਣਾ ਮਹਾਰਾਜ ਨੂੰ। ਮੈਂ ਵੀ ਉੱਥੇ ਕਥਾ ਵੀ ਮੈਂ ਹੀ ਕਰਨੀ ਹੁੰਦੀ ਸੀ, ਫਿਰ ਮੈਂ ਸੰਗਤ ਨੂੰ ਕਹਿਤਾ ਵੀ ਜਿਹੜੇ ਪਾਟੇ ਚੜਾਓਗੇ ਪਾਟੇ ਹੀ ਮਿਲਣਗੇ ਤੁਹਾਨੂੰ। ਤੁਹਾਡੇ ਇੰਨੀ ਵੀ ਸ਼ਰਧਾ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ? ਪਹਿਲਾਂ ਤਾਂ ਆਪਣੇ ਪਰਸ ਵਿੱਚੋਂ ਫਰੋਲ ਕੇ, ਹੁਣ ਤਾਂ ਸੁੱਖ ਨਾਲ 1 ਰੁਪਈਏ 2 ਰੁਪਈਏ ਵਾਲੇ ਨੋਟ ਬੰਦ ਹੋ ਗਏ, ਨਹੀਂ ਤਾਂ ਤੁਸੀਂ ਉਹੀ ਕੱਢਦੇ। ਮੇਰੇ ਵੇਲੇ ਦਫ਼ਤਰ ਦੇ ਵਿੱਚੋਂ ਜਿੱਥੇ ਖਜ਼ਾਨਚੀ ਸੀ ਉੱਥੇ ਲੋਕਾਂ ਨੇ ਆਉਣਾ, ਆਹ ਦਹੀਂ 10 ਰੁਪਏ ਦੀਆਂ ਪੰਜੀਆਂ। ਮੈਂ ਕਿਹਾ ਪੰਜੀਆਂ ਕੀ ਕਰਨੀਆਂ? ਕਹਿੰਦਾ ਮੱਥਾ ਟੇਕਣ ਨੂੰ। ਇਹ ਦੇਖਦੇ ਜੇ ਵਿਆਹ ਆ ਗਿਆ ਫਿਰ ਜਾਣਗੇ ਬੈਂਕ 'ਚ, ਆਹ ਦਹੀਂ ਨਵੇਂ ਨੋਟਾਂ ਦੀ ਥਹੀ 100-100 ਵਾਲਿਆਂ ਦੀ ਐਂ ਸੁੱਟਣਗੇ ਵਾਰ ਵਾਰ ਕੇ। ਫਿਰ ਤੁਹਾਡੇ ਜਿਹੜੇ ਦਿਮਾਗਾਂ ਦੇ ਨਾ ਪੁਆਇੰਟ ਥੋੜ੍ਹੇ ਠੀਕ ਕਰਨ ਵਾਲੇ ਆ। ਸਾਡੇ ਘਰੇ ਪੱਖਾ ਲਾਉਣ ਆ ਗਿਆ ਬੰਦਾ, ਨਵਾਂ ਪੱਖਾ, ਉਹ ਲਾ ਲੂ ਕੇ ਚਲਾ ਗਿਆ, ਚਲਾਇਆ ਉਹ ਪੁੱਠਾ ਹੀ ਚੱਲੇ। ਫਿਰ ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਤਾਂ ਚੱਲਦਾ ਹੀ ਪੁੱਠਾ? ਕਹਿੰਦਾ ਉਹ ਤਾਰਾਂ ਪੁੱਠੀਆਂ ਲੱਗ ਗਈਆਂ। ਮੈਂ ਕਿਹਾ ਜਿਵੇਂ ਅੱਜ ਕੱਲ੍ਹ ਲੋਕਾਂ 'ਚ ਲੱਗੀਆਂ ਹੋਈਆਂ? ਕਹਿੰਦਾ ਹਾਂ, ਤੁਹਾਡੀਆਂ ਵੀ ਤਾਰਾਂ ਜਿਹੜੀਆਂ ਪੁੱਠੀਆਂ ਜ਼ਿਆਦਾ ਲੱਗੀਆਂ ਹੋਈਆਂ, ਇਹਨੂੰ ਠੀਕ ਕਰ ਲਓ। ਜਿਹਾ ਜਿਹਾ ਬੀਜੋਗੇ ਉਹੋ ਜਿਹਾ ਵੱਢੋਗੇ, ਧਿਆਨ ਰੱਖ ਲਿਓ।